ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵੀਰ ਜੀ ਆਹ ਜਿਹੜਾ ਆਪਾਂ ਕਿਚਨ ਬਣਾਇਆ ਇਹ ਮੋਗਾ ਬਣਾਇਆ ਮੋਗੇ ਅਤੇ ਮਿੰਨੀ ਚੰਡੀਗੜ੍ਹ ਕਲੋਨੀ ਹੈ ਇਹ ਪੱਗਾ ਪੁਰਾਣਾ ਰੋਡ 'ਤੇ। ਇਹ ਸਾਰਾ ਕਿਚਨ ਜਿਹੜਾ ਬਣਾਇਆ ਆਪਾਂ ਬੋਇਲੋ ਦਾ ਬਣਾਇਆ ਅਤੇ ਸਾਰਾ ਇਹ ਕਰੈਲਕ ਦੇ ਵਿੱਚ ਆ। ਇਹ ਜਿੰਨਾ ਵੀ ਕਿਚਨ ਬਣਾਇਆ ਤੁਹਾਨੂੰ ਦਿਖਾਉਣੇ ਅੱਗੇ ਵੀ ਇਹ ਆਪਾਂ ਕਿਵੇਂ ਤਿਆਰ ਕਰਦੇ ਹਾਂ। ਆਪਣੀ ਫੈਕਟਰੀ 'ਚ ਤਿਆਰ ਹੁੰਦਾ ਇਹ ਨਿਹਾਲ ਸਿੰਘ ਵਾਲੇ, ਨਿਹਾਲ ਸਿੰਘ ਵਾਲੇ ਤਿਆਰ ਹੁੰਦਾ ਇਹ ਅਤੇ ਅਗਲੀ ਪ੍ਰੋਸੈਸਿੰਗ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਤਿਆਰ ਹੁੰਦਾ। ਇਹ ਸਾਰਾ ਮਸ਼ੀਨਾਂ ਦੇ ਨਾਲ ਤਿਆਰ ਹੁੰਦਾ ਜੀ। ਟੋਟਲੀ ਆਪਣੇ ਕੋਲ ਕੰਮ ਹੈਗਾ ਮਸ਼ੀਨਾਂ ਦਾ, ਮੈਨੂਅਲ ਕੰਮ ਨਹੀਂ ਹੈਗਾ। ਜਿੰਨਾ ਵੀ ਕੰਮ ਕਰਦੇ ਆਪਾਂ ਸਾਰਾ ਮਸ਼ੀਨਾਂ ਨਾਲ ਕੰਮ ਕਰਦੇ ਹਾਂ। ਇਹ ਸਾਰਾ ਕਰੈਲਕ ਦੇ ਵਿੱਚ ਤਿਆਰ ਹੋਇਆ ਵਾ। ਇੱਕ ਐਸਟੀਮੇਟ ਭਰਾ ਪੁੱਛਦੇ ਹੁੰਦੇ ਆ ਵੀ ਕੀ ਰੇਟ ਆ। ਰੇਟ ਦੀ ਨਾ ਤੁਸੀਂ ਟੈਨਸ਼ਨ ਲਿਆ ਕਰੋ, ਰੇਟ ਨਾ ਸਾਡੀ ਆਪਦੀ ਦੁਕਾਨਦਾਰੀ ਆ, ਸਾਨੂੰ ਲੋੜ ਆ ਤੁਹਾਡੀ ਵੀ ਰੇਟ ਤਾਂ ਅਸੀਂ ਬਿਲਕੁਲ ਜਿਹੜਾ ਜੈਨੂਅਨ ਰੇਟ ਆ ਅਸੀਂ ਉਹੀ ਦੇਣਾ। ਰੇਟ ਦੇ ਵਿੱਚ ਨਾ ਤੁਸੀਂ ਟੈਨਸ਼ਨ ਲਿਆ ਕਰੋ। ਅਤੇ 3 ਤੱਕਾਂ 'ਚ ਕਿਚਨ ਤਿਆਰ ਹੋ ਜਾਂਦਾ, ਜਿਵੇਂ ਲੱਕੜ ਦੀ ਦਾ ਹੋ ਜਾਂਦਾ, ਇੱਕ HDMR 'ਚ ਹੋ ਜਾਂਦਾ, ਇੱਕ ਬੋਇਲੋ 'ਚ ਹੋ ਜਾਂਦਾ। ਇਹਦਾ ਸਾਨੂੰ ਤੁਸੀਂ ਇਸ ਗੱਲ ਦੇ ਵਿੱਚ ਜ਼ਰੂਰ ਪੁੱਛਿਆ ਕਰੋ ਵੀ ਤੁਸੀਂ ਮਟੀਰੀਅਲ ਕੀ ਲਾ ਰਹੇ ਹਾਂ, ਫਿਰ ਉਹਦਾ ਹੀ ਅਸੀਂ ਤੁਹਾਨੂੰ ਐਸਟੀਮੇਟ ਦੇਵਾਂਗੇ। ਮਟੀਰੀਅਲ 'ਤੇ ਜ਼ਰੂਰ ਗੱਲ ਕਰਿਆ ਕਰੋ, ਉਹਦੇ ਵਿੱਚ ਤੁਹਾਨੂੰ ਵੀ ਜਾਣਕਾਰੀ ਵੱਧ ਜਾਂਦੀ ਹੈ ਅਤੇ ਔਰ ਸਾਨੂੰ ਵੀ ਕਲੀਅਰ ਹੋ ਜਾਂਦਾ ਵੀ ਤੁਸੀਂ ਕੀ ਚੀਜ਼ ਲਾਉਣੀ ਚਾਹੁੰਦੇ ਹੋ। ਰੇਟ ਵਧੀਆ ਦੇਣਾ ਇਹ ਸਾਡਾ ਆਪਦਾ ਫਰਜ਼ ਹੈ, ਆਪਦੀ ਸਾਡੀ ਦੁਕਾਨਦਾਰੀ ਹੈ, ਇਸ ਗੱਲ ਦਾ ਸਾਨੂੰ ਬਹੁਤ ਫਿਕਰ ਰਹਿੰਦਾ। ਅਤੇ ਜ਼ਰੂਰ ਤੁਸੀਂ ਦੇਖੋ ਕਿਵੇਂ ਕਿਚਨ ਤਿਆਰ ਹੋਇਆ। ਇਹ ਆਪਣੀ ਕਰੋਕਰੀ ਆ ਜਾਂਦੀ ਹੈ ਜੀ, ਇੱਧਰਲੇ ਪਾਸੇ ਪ੍ਰੋਫਾਈਲ ਦੇ ਪੱਲੇ ਆ। ਇਹ ਸਾਰਾ ਜਿੰਨੀ ਪ੍ਰੋਫਾਈਲ ਲੱਗੀ ਹੈ ਸਾਰੀ ਇਹ ਬਲੈਕ 'ਚ ਲੱਗੀ ਵੀ ਹੈ ਜੀ, ਅਤੇ ਬਹੁਤ ਸੋਹਣਾ ਕਿਚਨ ਬਣਿਆ ਵਾ। ਜੇਕਰ ਕੋਈ ਹੁੰਦੀ ਹੈ ਗੱਲਬਾਤ ਕਰਨ ਵਾਲੀ ਜ਼ਰੂਰ ਕਮੈਂਟ ਕਰ ਦਿਆ ਕਰੋ। ਜਿਹੜੇ ਜਦੋਂ ਵੀ ਤੁਸੀਂ ਐਸਟੀਮੇਟ ਲੈਣਾ ਸਾਥੋਂ ਕਿਚਨ ਦਾ ਵੀਡੀਓ ਛੋਟਾ ਜਿਹਾ ਬਣਾ ਕੇ ਸੈਂਡ ਕਰੋ, ਉਹਦੇ ਵਿੱਚ ਸਾਨੂੰ ਇਹ ਕਲੀਅਰ ਹੋ ਜਾਂਦਾ ਜੀ ਇਹਦੇ ਵਿੱਚ ਵਿੰਡੋ ਵਾਰੀਆਂ ਕਿੰਨੀਆਂ, ਫਿਰ ਉਸ ਹਿਸਾਬ ਨਾਲ ਉਹਦੇ ਵਿੱਚ ਵਿੰਡੋ ਵਾਰੀਆਂ ਦਾ ਰੇਟ ਬਣਾ ਕੇ ਫਿਰ ਉਹ ਵਧੀਆ ਪ੍ਰੋਪਰ ਤਰੀਕੇ ਨਾਲ ਰੇਟ ਦਿੱਤਾ ਜਾਂਦਾ। ਅਤੇ ਇਹ ਕਿਚਨ ਵੀ ਜ਼ਰੂਰ ਦੱਸਿਓ ਸਾਨੂੰ ਕਿਵੇਂ ਬਣਿਆ। ਬਾਕੀ ਅਸੈਸਰੀ ਤਾਂ ਤਕਰੀਬਨ ਤੁਹਾਡੀ ਆਪਣੀ ਮਰਜ਼ੀ ਹੈ, ਜਿਹੋ ਜਿਹੀ ਵੀ ਮਰਜ਼ੀ ਪਾ ਲਿਆ ਕਰੋ। ਅਸੈਸਰੀ ਬਹੁਤ ਤਕਾਂ ਦੀ ਆ ਰਹੀ ਹੈ, ਅਸੈਸਰੀ ਦੇ ਵਿੱਚ ਵੀ ਕੋਈ ਦਿੱਕਤ ਨਹੀਂ, ਜਿਹੋ ਜਿਹੀ ਮਰਜ਼ੀ ਪਾ ਲਿਆ ਕਰੋ। ਪਿਛਲੀਆਂ ਵੀਡੀਓ ਵੀ ਆਪਣੀਆਂ ਚੈੱਕ ਕਰ ਲਿਓ, ਉਹਦੇ ਵਿੱਚ ਸਾਰੇ ਤਕਾਂ ਦੀਆਂ ਅਸੈਸਰੀਆਂ ਪਾਈਆਂ ਹੋਈਆਂ। ਅਤੇ ਜੇਕਰ ਕੋਈ ਅਸੈਸਰੀ ਬਾਰੇ ਕੋਈ ਗੱਲ ਕਰਨੀ ਹੁੰਦੀ ਤਾਂ ਜ਼ਰੂਰ ਕਮੈਂਟ ਕਰ ਦਿਆ ਕਰੋ, ਉਹਦੇ ਵਿੱਚ ਵੀ ਸਾਰੇ ਤਕਾਂ ਦੀਆਂ ਹੁੰਦੀਆਂ ਆਪਣੇ ਕੋਲ। ਅਸੈਸਰੀ ਹਮੇਸ਼ਾ ਵਾਸਤੇ ਮਾਲਕ ਦੀ ਮਰਜ਼ੀ ਹੈ ਜੀ, ਕਿੰਨੀ ਪਾਉਣੀ ਹੈ ਉਹਨੇ, ਕਿੰਨੀ ਨਹੀਂ ਪਾਉਣੀ। ਬਾਕੀ ਜਿੰਨੀ ਸਾਡੀ ਆਪਦੀ ਸੋਚ ਹੁੰਦੀ ਹੈ ਵੀ ਇੰਨੀ ਅਸੈਸਰੀ ਪਾ ਕੇ ਇੰਨੀ ਵਧੀਆ ਕਿਚਨ ਬਣ ਸਕਦੀ ਹੈ, ਵਧੀਆ ਤੁਹਾਡਾ ਸਮਾਨ ਸਾਂਭਿਆ ਜਾ ਸਕੇ, ਕਿਚਨ ਦੇ ਵਿੱਚ ਕੋਈ ਖਲਾਰਾ ਨਾ ਪਵੇ, ਇਹ ਅਸੀਂ ਆਪਦੇ ਕੰਨੀ ਉਹ ਵੀ ਤੁਹਾਨੂੰ ਰਾਏ ਦੇ ਸਕਦੇ ਹਾਂ ਵੀ ਆਹ ਆਹ ਜ਼ਰੂਰ ਪਵਾਓ। ਅਤੇ ਚਲੋ ਠੀਕ ਹੈ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਜ਼ਰੂਰ ਕਮੈਂਟ ਕਰਕੇ ਸਾਨੂੰ ਦੱਸ ਦਿਆ ਕਰੋ ਵੀ ਕਿਵੇਂ ਦਾ ਕਿਚਨ ਬਣਿਆ, ਅਤੇ ਕੋਈ ਗੱਲਬਾਤ ਹੁੰਦੀ ਹੈ ਤਾਂ ਜ਼ਰੂਰ ਸਾਡੇ ਨਾਲ ਕਰਿਆ ਕਰੋ। ਅਗਲੀ ਵੀਡੀਓ 'ਚ ਮਿਲਾਂਗੇ ਤੁਹਾਨੂੰ, ਅਗਲੀ ਵੀਡੀਓ ਪਾਉਣੇ ਆ ਇੱਕ